ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂੰ ਭਲਵਾਨ ਕੋਲ ਅੱਜ ਆਪਾਂ ਪਹੁੰਚ ਚੁੱਕੇ ਹਾਂ ਅਤੇ ਵੀਰ ਦਾ ਜਰਸੀਆਂ ਦਾ ਇਹ ਕੰਮ ਹੈ ਜਿਹੜਾ ਹਰ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਜਰਸੀਆਂ ਦਿਖਾਈ ਦੀਆਂ ਵਾ ਅਤੇ ਅੱਜ ਵੀ ਤੁਹਾਨੂੰ ਚਾਰ ਜਰਸੀਆਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚ ਤਿੰਨ ਸੂਈਆਂ ਅਤੇ ਇੱਕ ਜਿਹੜੀ ਗੱਬਨ ਆ ਛੋਟੇ ਵੱਡੇ ਮੁੱਲ ਸਾਰੇ ਵੀਰ ਕੋ ਅੱਜ ਜਿਹੜੇ ਹੈਗੇ ਆ ਅਤੇ ਆ ਹੁਣ ਗੱਲਬਾਤ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਜੀ? ਹਾਂਜੀ ਵਧੀਆ ਵਧੀਆ ਜੀ। ਨਾਮ ਦੱਸ ਦਿਓ ਵੀਰ ਜੀ ਕਰੀ ਆਪਣਾ। ਨਾਮ ਸੋਨੂੰ ਪਹਿਲਵਾਨ ਅਤੇ ਪੰਜ ਕਰਾਈਆਂ। ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ, ਅਤੇ ਆਹ ਵੀਰ ਜੀ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਕਰੀਏ ਆ ਪਹਿਲੇ ਨੰਬਰ 'ਤੇ ਜਿਹੜੀ ਜਰਸੀ ਬੰਨੀ ਹੈ ਹਵਾਨਾ ਕਾਫੀ ਖੂਬਸੂਰਤ ਹੈ ਇਹਦੇ ਕੋਲ ਥਣਾ ਦਾ ਸਾਈਜ਼ ਵੀ ਚੰਗਾ। ਕਿੰਨਵਾ ਸੂਆ ਸੂਈ ਵੀਰ ਜੀ? ਦੂਸਰਾ ਸੂਆ ਸੂਈ ਤੇ ਕਿੰਨਾ ਕੁ ਚਿਰ ਹੋਇਆ ਜੀ ਸੂਈ? ਕੱਲ ਦੀ ਸੂਈ ਆ। ਅੱਛਾ, ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਇਹਦੇ ਥੱਲੇ 11-12 ਕਿਲੋ ਬੋਲਾ ਜੀ। 11-12 ਲੀਟਰ ਹੈਗਾ ਬੋਲਾ ਪੱਕਾ? ਹਾਂਜੀ ਹਾਂਜੀ, ਕਿਉਂਕਿ ਦੋ ਟਾਈਮ ਤਸੱਲੀ ਕਰਕੇ ਖੜੇ ਹੋ। ਕਿੰਨਾ ਕੁ ਦੁੱਧ ਚਵਾ ਜੂਗੀ ਇਹ? ਦੁੱਧ 15-16 ਕਿਲੋ ਚਵਾਈ ਜਾਊਗੀ। ਚਵਾ ਜੂ 15-16 ਲੀਟਰ। ਤੇ ਇਹਦਾ ਮੁੱਲ? ਇਹਦਾ ਮੁੱਲ ਵੀ ਜੀ ਜਿੰਨਾ ਮਰਜ਼ੀ ਕਰਾ ਲਓ, 40 ਵੀ ਕਰਾ ਲਓ, 45 ਵੀ ਕਰਾ ਲਓ। ਹਾਂਜੀ 36,000 ਦੀ ਦੇ ਦਿਓ। ਅੱਛਾ 36,000 ਦੀ ਦੇ ਦੋਗੇ? ਹਾਂਜੀ ਠੀਕ ਹੈ। ਤੇ ਬੱਚਾ ਕੀ ਇਹਦੇ ਮਗਰ? ਇਹਦੇ ਮਗਰ ਵੱਛੀ ਜੀ। ਆਹ ਵੱਛੀ ਜੀ ਇਹਦੇ ਮਗਰ, ਜਰਸੀ ਜੀ। ਲਿਆ ਫਿਰ ਖੋਲੋ ਤੋਰੀਏ ਕਰੀਨ। ਦੁੱਧ ਵੀਰ ਜੀ ਉਹਨੇ ਕਹਿੰਦੇ ਕਿ 15-16 ਲੀਟਰ ਦੇ ਕਰੀਬ ਕਰ ਜੂਗੀ ਅਤੇ 36,000 'ਚ ਮਾਨ ਤਾਨ ਜਿਹੜਾ ਇਹਦਾ ਵੀਰ ਜੀ ਉਹਨੇ ਕਹਿੰਦੇ ਕਿ ਆਪਾਂ ਕਰਾਂਗੇ, ਬਾਕੀ ਹਵਾਨਾ ਜਿਹੜਾ ਚੰਗਾ ਸੋਹਣਾ ਕੀਤਾ ਤਿਆਰ ਥੱਲੇ ਇਹਨੇ। ਹਾਂ ਦੇ ਸਕਦੇ ਜੀ ਸੋਹਣੇ ਹਵਾਨੇ ਦੀ ਮਾਲਕ ਹੈ। ਹਾਂ ਦੇ ਸਕਦੇ ਜੀ ਬਿਆਨੀ ਵਾਲੇ ਪਾਸੇ ਦਾ ਵੀ ਥਾਣੇ ਕਰੀ ਤੁਹਾਨੂੰ ਦਿਖਾ ਦਈਏ। ਆਹ ਦੇ ਸਕਦੇ ਹਵਾਨਾ ਗਾਂ ਤੋਂ ਲੈ ਕੇ ਅਤੇ ਹਵਾਨਾ ਪਛਾਣ ਤੱਕ ਚੰਗਾ, ਜਿਸ ਤਰ੍ਹਾਂ ਮਰਜ਼ੀ ਕੋਈ ਬਹਿ ਕੇ ਚੋਵੇ। ਠੀਕ ਹੈ ਜੀ, ਜਿਹੜੇ ਮਰਜ਼ੀ ਬੰਦੇ। ਆਹ ਹੁਣ ਦੂਸਰੇ ਨੰਬਰ 'ਤੇ ਇੱਕ ਹੋਰ ਤੁਹਾਨੂੰ ਵੈੜ ਕਾਫੀ ਖੂਬਸੂਰਤ ਇੱਕ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ ਦੱਸੀਏ ਜੀ ਇਹਦੇ ਬਾਰੇ। ਇਹ ਵੀਰ ਜੀ ਪਹਿਲਾ ਸੂਆ ਸੂਈ? ਪਹਿਲਾ ਸੂਆ ਵਾ, ਠੀਕ ਹੈ। ਅਤੇ ਕਿੰਨਾ ਚਿਰ ਹੋਇਆ ਜਿੰਨੇ ਸੂਈ ਨੂੰ? ਇਹ ਪਰਸੋਂ ਦੀ ਸੂਈ ਜੀ। ਪਰਸੋਂ ਦੀ ਸੂਈ ਹੈ? ਅਤੇ ਇਹਦੇ ਕੋਲ ਕਿੰਨਾ ਦੁੱਧ ਬੋਲਾ ਜੀ? ਬੋਲਾ 10 ਕਿਲੋ ਜੀ। 10 ਲੀਟਰ ਬੋਲਾ ਵਾ ਇਹਦੇ ਕੋਲ। ਅਤੇ ਇਹ ਕਿੰਨਾ ਕੁ ਚਵਾ ਜੂ ਪਹਿਲੇ ਸੂਏ? 12-13 ਕਿਲੋ ਚਵਾਈ ਜਾਊਗੀ ਜੀ। 12-13 ਲੀਟਰ ਚਵਾਈ ਜਾਊਗੀ। ਅਤੇ ਦੰਦੋਂ ਕਿਸ ਤਰ੍ਹਾਂ ਜੀ? ਦੰਦ ਫੜਿਆ ਨਹੀਂ ਜੰਮੂ। ਅੱਛਾ ਠੀਕ ਹੈ, ਲਿਆਓ ਫਿਰ ਤੋੜ ਕੇ ਦਿਖਾਈਏ ਇਹਨਾਂ ਵੀ। ਅਤੇ ਇਹਦਾ ਕੀ ਮੁੱਲ ਜੇ ਤੋੜ ਕੇ ਵੀਰ ਜੀ ਹੁਣੀ ਦੱਸ? ਕਹਿੰਦੇ ਕਿ ਫਿਰ ਆਪਾਂ ਜਿਹੜਾ ਇਹਦਾ ਮੁੱਲ ਆਪਾਂ ਦੱਸਾਂਗੇ। ਹਾਂ ਦੇਖ ਸਕਦੇ ਜੀ, ਬਾਕੀ ਸੋਹਣੀ ਵੈੜ ਆ ਪਹਿਲੇ ਸੂਬੇ ਜਿਹੜਾ ਵੈੜ ਦੇ ਹਵਾਲਾ ਜਿਹੜਾ ਚੰਗਾ ਸੋਹਣਾ ਤਿਆਰ ਕੀਤਾ। ਹਾਂ ਦੇਖ ਸਕਦੇ ਜੀ ਗਾਣ ਵੀ ਹਵਾਲਾ ਸੋਹਣਾ ਤਿਆਰ ਕੀਤਾ ਅਤੇ ਹਵਾਲਾ ਪਛਾਣ ਵੀ ਸੋਹਣਾ ਤਿਆਰ ਕੀਤਾ। ਠੀਕ ਹੈ ਜੀ, ਸੂਆ ਪਹਿਲਾ ਹੀ ਆ ਤੇ ਹੈਗੀ ਜਿਹੜੀ ਠੰਡੀ ਸੀ ਲਈ ਆ। ਤੇ ਮੁੱਲ ਫਿਰ ਦੱਸ ਦਈਏ ਵੀਰ ਜੀ ਇਹਦਾ ਵੀ? ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰਾਈ ਜਾਓ, 36 ਕਰਾ ਲਓ, 34 ਵੀ ਕਰਾ ਲਓ, 32,000 ਦੀ ਦੇ ਦਾਂਗੇ। ਅੱਛਾ 32,000 ਦੀ ਦੇ ਦੋਗੇ? ਅੱਛਾ ਪਹਿਲੇ ਸੂਏ ਤੇ ਦੁੱਧ ਜਿਹੜਾ 12-13 ਲੀਟਰ ਦੇ ਕਰੀਬ ਕਿੰਨੇ ਚੋ ਆ ਜਾਊਗੀ ਤੇ 32,000 ਦੀ ਦੋਗੇ ਮਾਨ ਤਾਂ ਜੋ ਚਵੀ ਥੋੜਾ ਬਹੁਤਾ ਕਰ ਦਾਂਗੇ ਜੀ। ਠੀਕ ਹੈ ਜੀ, ਦੰਦ ਵੀ ਵੀਰ ਜੀ ਇਹਦੇ ਕਰੀ ਆਪਾਂ ਵਿਖਾ ਹੀ ਦਈਏ। ਚਲੋ ਦਿਖਾ ਦਿੰਦੇ ਵੀਰ ਜੀ, ਅਸੀਂ ਵੇਖੇ ਨਹੀਂ ਤਾਂ ਦਿਖਾ ਦਿੰਦੇ। ਮੂੰਹ ਫੜਾ ਲੈਂਦੀ ਹੈ? ਫੜਾ ਲੈਂਦੀ, ਵੇਖੇ ਨਹੀਂ ਪੜ ਕੇ ਨਹੀਂ। ਅੱਛਾ ਖੀਰੀ ਜੀ? ਆਹ ਦੇ ਸਕਦੇ ਜੀ ਖੀਰੀ ਜੇ, ਪਿਓਰ ਖੀਰੀ ਜੇ ਆਪਾਂ ਦੇ ਸਕਦੇ, ਬਿਲਕੁਲ ਛੋਟੇ ਛੋਟੇ ਇਹਦੇ ਦੰਦ ਆ ਜਿਹੜੇ ਸਾਰੇ। ਠੀਕ ਹੈ ਵੀਰ ਜੀ, ਆਹ ਦੇ ਸਕਦੇ ਖੀਰੀ ਬੈਠ ਜੇ। ਅਤੇ ਮੁੱਲ ਜਿਹੜਾ ਵੀਰ ਜੀ ਨੇ ਇਹਦਾ 32,000 ਕਰ ਦੇ, ਉਹ 'ਚ ਵੀ ਮਾਨਤਾ ਹੋ ਜਾਊਗਾ। ਇਹ ਵੀ ਜਿਹੜੀਆਂ ਵਾ ਖੀਰੀਆਂ ਵੈੜਾਂ ਜਿਹੜੀਆਂ ਆਪਾਂ ਨੂੰ ਘੱਟ ਹੀ ਦੇਖਣ ਨੂੰ ਮਿਲਦੀਆਂ, ਜਿਹੜੀਆਂ ਇਹੋ ਜਿਹੀਆਂ ਚੰਗੀਆਂ ਵੈੜਾਂ ਜਿੱਧਰੋਂ ਮਰਜ਼ੀ ਬਹਿ ਕੇ ਚੋਵੇ। ਹਾਂਜੀ ਹਾਂਜੀ, ਉਹ ਹੁਣ ਜਿਹੜੀ ਆਪਾਂ ਤੀਸਰੇ ਨੰਬਰ 'ਤੇ ਇੱਕ ਹੋਰ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਫਿਰ ਜਿਹੜੀ ਤੀਸਰੇ ਨੰਬਰ 'ਤੇ ਬੰਨੀ ਆ ਇਹਦੇ ਬਾਰੇ ਵੀ ਦੱਸ ਦਈਏ ਜੀ। ਇਹ ਵੀਰ ਜੀ ਗੱਬਨ ਜੇ? ਹਾਂਜੀ ਸੂਣ ਵਾਲੀ ਆ। ਕਿੰਨਾ ਕੁ ਟਾਈਮ ਖੜਦੀ ਜੀ? ਹਫ਼ਤੇ ਦੇ ਵਿੱਚ ਵੀ ਸੁੱਕੂਗੀ, 4-5 ਦਿਨਾਂ ਤੱਕ ਸੁੱਕੂਗੀ। ਠੀਕ ਆ, ਹਵਾਨਾ ਜਿਹੜਾ ਚੰਗਾ ਤਿਆਰ ਕਰਨ ਦੀ ਹੈ ਵੀ। ਅਤੇ ਇਹ ਕਿੰਨਾ ਕੁ ਦੁੱਧ ਚਵਾ ਜੂਗੀ? ਇਹ ਵੀਰ ਜੀ 14-15 ਕਿਲੋ ਚਵਾਈ ਜਾਊਗੀ। 14-15 ਲੀਟਰ ਚਵਾਈ ਜਾਊਗੀ? ਹਾਂਜੀ। ਲਿਆ ਫਿਰ ਖੋਲ੍ਹੋ ਤੋੜ ਕੇ ਦਿਖਾ ਦਈਏ ਇਹਨਾਂ ਨੂੰ।
14 15 लीटर के करीब दुध जिहड़ा वीर जी ने कहिंदे कि चवाई जाओगे। थाने जिहड़ा चंगा इहदे कोल वी इह जिहड़ी कल्ली कब्बन आ बाकी सारियां सोईआं। ਇਹਦਾ ਜਿਹੜਾ ਮੁੱਲ ਹੁਣ ਆਪਾਂ ਪੁੱਛਦੇ ਹਾਂ ਵੀਰ ਜੀ। ਹਾਂਜੀ ਵੀਰ ਜੀ ਦੱਸੀਏ ਜੀ ਫਿਰ ਇਹਦਾ ਵੀ ਮੁੱਲ। ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰਾਈ ਜਾਓ 37 ਕਰਾ ਲਓ 38 ਕਰਾ ਲਓ 33000 ਦੀ ਦੇ ਦੋ। ਅੱਛਾ 33000 ਦੀ ਦੇ ਦੋਗੇ। ਕਿੰਨਾ ਕੁ ਦੁੱਧ ਚਵਾ ਜੂਗੀ ਇਹ? ਦੁੱਧ 14 15 ਕਿਲੋ ਚਵਾਈ ਜਾਊਗੀ। ਅੱਛਾ 14 15 ਲੀਟਰ ਚਵਾਈ ਜਾਊਗੀ। ਠੀਕ ਹੈ ਜੀ। ਹੁਣ ਜਿਹੜੀ ਆ ਚੌਥੇ ਨੰਬਰ ਤੇ ਇੱਕ ਹੋਰ ਤੁਹਾਨੂੰ ਹੋਲੇ ਭਾਜ ਤੁਹਾਨੂੰ ਦਿਖਾਉਣੀ ਹੈ ਇੱਕ ਗਾਂ ਹੋਰ। ਹਾਂਜੀ ਵੀਰ ਜੀ ਜਿਹੜੀ ਚੌਥੇ ਨੰਬਰ ਤੇ ਬੰਨੀ ਕਿੰਨਵਾਂ ਸੂਆ ਸੋਈ ਹੈ ਜੀ ਇਹ? ਇਹ ਵੀਰ ਜੀ ਪਹਿਲਾ ਸੂਆ ਜੀ। ਪਹਿਲਾ ਸੂਆ ਹੀ ਆ। ਕਿੰਨਾ ਚਿਰ ਹੋਇਆ ਇਹਨਾਂ ਸੋਈ ਨੂੰ? ਇਹਨੂੰ ਹਫਤਾ ਹੋ ਗਿਆ ਜੀ ਸੋਈ। ਹਫਤਾ ਹੋ ਗਿਆ ਸੋਈ ਨੂੰ। ਠੀਕ ਹੈ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ? ਦੁੱਧ ਦੇ ਥੱਲੇ ਵੀਰ ਜੀ ਹੁਣ ਆਇਆ ਵਾ ਜਿਹੜਾ ਪੱਕਾ 9 ਕਿਲੋ ਜੇ। 9 ਲੀਟਰ ਹੈਗਾ ਪੱਕਾ। ਕਿੰਨਾ ਕੁ ਦੁੱਧ ਚਵਾ ਜੂਗੇ? ਦੁੱਧ 10-11 ਕਿਲੋ ਦੇ ਚਵਾਈ ਜਾਊਗੇ। 10-11 ਲੀਟਰ ਚਵਾਈ ਜਾਊਗੇ। ਲੈ ਖੋਲ ਕੇ ਤੋੜ ਕੇ ਦਿਖਾ ਦਈਏ ਇਹਨਾਂ ਨੂੰ। ਬੱਚਾ ਕੀ ਜੇ ਇਹਦੇ ਮਗਰ? ਇਹਦੇ ਮਗਰ ਬੱਚਾ ਜੀ। ਇਹਦੇ ਮਗਰ ਵੀ ਬੱਚਾ ਹੀ ਜੇ। ਆ ਦੇ ਸਾਦੇ ਜੀ ਦੁੱਧ ਮੌਕੇ ਤੇ ਜਿਹੜਾ 9 ਲੀਟਰ ਹੈ ਤੇ 10-11 ਲੀਟਰ ਦੇ ਕਰੀਬ ਜਿਹੜਾ ਵੀਰ ਜਣ ਕਹਿੰਦੇ ਕਿ ਚਵਾਈ ਜਾਊਗੀ। ਇਹਦਾ ਜਿਹੜਾ ਮੁੱਲ ਹੁਣ ਪੁੱਛਦੇ। ਹਾਂਜੀ ਵੀਰ ਜੀ ਫਿਰ ਮੁੱਲ ਆਪਾਂ ਇਹਦਾ ਵੀ ਦੱਸ ਦਈਏ ਜੀ। ਇਹਦਾ ਮੁੱਲ ਵੀਰ ਜੀ ਭਾਵੇਂ 27 ਕਰਾਈ ਜਾਓ 28 ਕਰਾਈ ਜਾਓ 40 ਦੀ ਦੇ ਦਾਂਗੇ। 24000 ਦੀ ਦੇ ਦੋਗੇ? ਦੇ ਦਾਂਗੇ। ਠੀਕ ਹੈ ਜੀ। ਠੀਕ ਹੈ ਜੀ ਹੁਣ ਕੁਝ ਕਰਨਾ ਫਿਰ? ਹਾਂ ਠੀਕ ਹੈ ਵੀਰ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਪੁੱਛੋ ਜਿਹੜੇ ਵੀਰ ਜੀ ਉਹਨਾਂ ਨੇ ਚਾਰ ਵਕਾਉ ਕੀਤੇ ਆ। ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਚਵਾਈ ਕਰੇ ਪਾਸ ਕਰੇ ਤੇ ਫਿਰ ਪੁੱਛੋ ਖਰੀਦੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।